ਅੱਛਾ ਦਾਸ ਕੀ ਕੁਰੀ ਕਟਨਾ ਹੋ ਮੇਰਾ ਮੇਜਰ ਸਿੰਘ ਨਾ ਆਏ ਪਿੰਡ ਝਾਲੇ ਵਾਲਾ ਮੈਂ ਸ਼ਾਮੀ ਗਿਆ ਹੀ ਉੱਤੇ ਆੜਤ ਤੇ ਕੱਦ ਕਰਕੇ ਫਿਰ ਬਾੜ ਸਾਹਿਬ ਦੇ ਅੱਛਾ ਤੇ ਉੱਤੇ ਨਾ ਮੱਕੀ ਫੋਲੀ ਪਈ ਸੀ ਪਰਸੋਂ ਦੀ ਕੱਲ ਧੁੱਪ ਨਹੀਂ ਲੱਗੀ ਤੇ ਅੱਜ ਉਹਨਾਂ ਕੱਲ ਵੀ ਫੋਲੀ ਥੋੜੀ ਜੀ ਤੇ ਅੱਜ ਵੀ ਫੋਲੀ ਆ ਤੇ ਅੱਜ ਵੀ ਸੁੱਕੀ ਨਹੀਂ ਮੈਂ ਦੁਪਹਿਰੇ ਵੀ ਉਹਨਾਂ ਕੋਲ ਗਿਆ ਮੈਂ ਕਿਹਾ ਇਹਨੂੰ ਵਿੱਚ ਦੀ ਬੇਲ 'ਚ ਮਾਰੋ ਇਹ ਸੁੱਕ ਜੂਗੀ ਤੇ ਉਹ ਮੇਰੇ ਆਖੇ ਉਹਨਾਂ ਦੀ ਲੱਗੇ ਮੁੜ ਕੇ ਫੇਰ ਜਾ ਕੇ ਬੈਂਚ ਤੇ ਸੌਂ ਗਏ ਹੁਣ ਮੈਂ ਕੱਦ ਕਰਕੇ ਆਇਆ ਤੇ ਫੇਰ ਉਹ ਜਾ ਕੇ ਬੈਂਚ ਤੇ ਸੁੱਤੇ ਮੈਂ ਕਿਹਾ ਜੇ ਤੁਸੀਂ ਮੱਕੀ ਨਹੀਂ ਫੁੱਲਣੀ ਟਰਾਲੀ ਬਾਹਰ ਖੜੀ ਆ ਤੁਸੀਂ ਵਿੱਚ ਲੱਦ ਦੋ ਸਵੇਰ ਦਾ ਮੀਂਹ ਆ ਤੇ ਅਸੀਂ ਇਹਨੂੰ ਘਰੇ ਲੈ ਜਾਈਏ ਜਦੋਂ ਮੀਂਹ ਦਾ ਹਟ ਜੂਗਾ ਤਾਂ ਅਸੀਂ ਬਾਹਰ ਚ ਲਿਆਵਾਂਗੇ ਇੱਥੇ ਮੰਡੀ ਉਹ ਜੀ ਇੰਨੀ ਗੱਲ ਕਹੀ ਉਹਨਾਂ ਨੂੰ ਤੇ ਉਹ ਜਿੰਨੇ ਅੰਦਰ ਭਈਏ ਬੈਠੇ ਉਹਨਾਂ ਨੇ ਇੱਦਾਂ ਮੈਂ ਬਾਹ ਤੋਂ ਫੜਿਆ ਵੀ ਆਹ ਮੱਕੀ ਲੱਦ ਦੋ ਉਹ ਜਿੰਨੇ ਬਾਹਰ ਭਈਏ 100 ਭਈਆ ਹੋਣਾ ਉਹਨਾਂ ਕਿਸੇ ਦੇ ਬੇਲ ਚ ਆਇਆ ਕਿਸੇ ਦੇ ਹੱਥ ਚ ਰੋੜਾ ਆ ਸਾਡੇ ਉਹਨਾਂ ਛੱਡਤਾ ਬਾਪੂ ਦੇ ਵੀ ਡਾਂਗ ਮਾਰੀ ਮੇਰੇ ਗੁੱਟ ਤੇ ਵੀ ਮਾਰੀ ਤੇ ਮੁੰਡੇ ਦਾ ਸਿਰ ਵੀ ਫੜਿਆ ਤੇ ਇੱਥੋਂ ਨਿਕਲੇ ਤੇ ਮੁੜ ਕੇ ਪਾਲੀ ਦੁਕਾਨ ਤੇ ਚਲੇ ਗਏ ਜਿਹੜੇ ਬਾਹਰ ਹੀ ਗਏ 100 ਭਈਆ ਉਹਨਾਂ ਰੋੜੇ ਸ਼ੁਰੂ ਕਰਤੇ ਤੇ ਉਹਨਾਂ ਦੇ ਸ਼ੀਸ਼ਿਆਂ 'ਚ ਰੋੜੇ ਵੱਜੇ ਅਸੀਂ ਕਿੱਥੋਂ ਮਾਰ ਲਾਂਗੇ ਮੇਰੇ ਨਾਲ ਤਾਂ ਜਵਾਕ ਹੀ ਨਿਕੇ ਨਿਕੇ ਮੇਰਾ ਤਾਂ ਗੁੱਟ ਪਹਿਲਾਂ ਹੀ ਤੋੜਤਾ ਸੀ ਬਾੜ ਸਾਹਿਬ ਦੀ ਦੁਕਾਨ ਤੇ ਸਿਰ ਬਾਪੂ ਦਾ ਪਾੜਤਾ ਸੀ ਰੋੜੇ ਕੀ ਮਾਰਨੇ ਤੁਸੀਂ ਦੱਸੋ ਮੈਂ ਮਾਰ ਸਕਦਾ ਇਹਨਾਂ ਕਿੰਨੇ ਜ਼ਖਮੀ ਹੋਏ ਤੁਹਾਡੇ ਜ਼ਖਮੀ ਅਸੀਂ 3 ਜਣੇ ਹੋਏ ਜੀ ਕੀ ਨਾਮ ਉਹਨਾਂ ਦੇ ਇੱਕ ਮਨਕੀਰਤ ਤੇ ਇੱਕ ਕੀ ਨਾਮ ਆ ਇੱਕ ਮਨਕੀਰਤ 14 ਸਾਲ ਦਾ ਤੇ ਬਾਪੂ ਮੇਰਾ ਮਹਿੰਦਰ ਸਿੰਘ ਉਹ ਹੈਗਾ 85 ਸਾਲ ਦਾ ਬਾਪੂ ਹੀ ਲੱਗੇ ਆ ਉਹਦਾ ਸਿਰ ਪਾੜਦਾ ਜੀ ਉਹਦੇ ਟਾਂਕੇ ਲੱਗੇ ਸਿਰ 'ਚ ਉਹ ਕਿਹਨੇ ਪਾੜਿਆ ਉਹਨਾਂ ਬਈਆਂ ਨੇ ਹੁਣ ਕੀ ਮੰਗ ਕੀ ਕਰਨਾ ਚਾਹੁੰਦੇ ਮੰਗ ਕਰਦੇ ਵੀ ਭਈਏ ਆੜਤਾਂ ਤੇ ਬੈਠੇ ਆ ਤੇ ਆੜਤਾਂ ਦੇ ਜਿਹੜੇ ਮੁਨੀਮ ਆ ਉਹ ਸਾਡੇ ਇਸ ਗੱਲ ਪੈਂਦੇ ਆ ਜਿਹੜੇ ਸਾਡੇ ਉੱਥੇ ਘੁੱਗੀ ਸਾਹਿਬ ਆ ਉੱਤੇ ਉਹਨਾਂ ਦਾ ਪੱਲੇਦਾਰ ਉਹ ਸਨ ਮੈਂ ਕਿਹਾ ਵੀ ਇਹਨਾਂ ਨੂੰ ਸਮਝਾ ਕੇ ਕਹਿੰਦਾ ਨਹੀਂ ਇਹ ਮੇਰੇ ਹੀ ਆ ਉਹਨੇ ਆਪਦੀ ਕਦੂਤੀ 'ਚ ਸਾਨੂੰ ਕਟਾਇਆ ਉੱਤੇ ਮੇਰੀ ਦਾੜੀ ਪੱਟੀ ਤੋਂ ਆਹ ਦੇਖੋ ਬਣੈਣ ਮੇਰੀ ਆਹ ਚੀੜੀ ਹੇਰ ਨਹੀਂ ਪਾਟੀ ਮੇਰੇ ਡੰਡੇ ਬਹੁਤ ਮਾਰੇ ਪਿੱਛੇ ਹਾਂਜੀ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਮਿਥਲੇਸ਼ ਠਾਕੁਰ ਕਿਆ ਅੱਜ ਘਟਨਾ ਕਿਆ ਹੋਈ ਮੰਡੀ ਵਿੱਚ ਅੱਜ ਪਰਸੋਂ ਦਾ ਗੱਲ ਹੈਗਾ ਜੀ ਪਰਸੋਂ ਬੰਦੇ ਸੁੱਤਾ ਪਿਆ ਸੀ ਕਹਿੰਦਾ ਚੁੱਪ ਕਰਕੇ ਸੋ ਜਾਓ ਬੰਦੇ ਬੋਲਦਾ ਸੀ ਉਹਨੂੰ ਕੁੱਟਣ ਲੱਗ ਪਿਆ ਮਹਾਰਾਜ ਤੈਨੂੰ ਕੁਬਾ ਟੱਟੀਆਂ ਲਗਾ ਜੀ ਮੈਂ ਕੁਛ ਨਹੀਂ ਬੋਲਿਆ ਉਹ ਦੰਦੇ ਗੱਲ 'ਤੇ ਮੈਂ ਰਹਿਣ ਦਿੱਤਾ ਮੈਂ ਕਿਹਾ ਚਲੋ ਕੋਈ ਬਾਈ ਸਰਾ ਪਿਆ ਤਾਂ ਰਹਿਣ ਦਿਓ ਅੱਜ ਫਿਰ ਕੁੱਟਣ ਲੱਗ ਪਿਆ ਜੀ ਅੱਜ ਕੁੱਟਣ ਲੱਗ ਪਿਆ ਉਹਨੂੰ ਮੈਂ ਕਿਹਾ ਜੀ ਸਰਦਾਰ ਜੀ ਬੰਦੇ ਨੂੰ ਕਾਹਨੂੰ ਛੇੜਨਾ ਹੈ ਤੁਸੀਂ ਜਿਹੜਾ ਤੁਹਾਡੇ ਮਾਲਕ ਹੈਗਾ ਜਿਹੜਾ ਚੌਧਰੀ ਹੈ ਉਹਨੂੰ ਕਹੋ ਸਾਡਾ ਉਹਦੇ ਬਾਪੂ ਦਾ ਗਲਤੀ ਨਹੀਂ ਹੈ ਕੋਈ ਬਾਪੂ ਜਿਹੜਾ ਹੈਗਾ ਬਾਪੂ ਕਹਿੰਦਾ ਰਹਿਣ ਦੇ ਠੀਕ ਹੈ ਜੀ ਬਾਪੂ ਜਿਹੜਾ ਨਾ ਬਾਪੂ ਸਾਰੀ ਤੇਰੀ ਬਹਿ ਕੇ ਸੁਖਾਇਆ ਤਿੰਨ ਬੰਦੇ ਅਸੀਂ ਉਹ ਸਾਰੇ ਬੰਦੇ ਆਪੇ ਕਮਲਦੇ ਹੈਗਾ ਜੀ ਜਿਹੜਾ ਬੰਦੇ ਉੱਥੇ ਸੁੱਤਾ ਪਿਆ ਉਹਨੂੰ ਮੈਂ ਸਮਝਾਉਣ ਗਿਆ ਉਹਨੂੰ ਕੁੱਟਣ ਲੱਗ ਪਿਆ ਇਕੱਠੇ ਹੋ ਗਿਆ ਮਾਲ ਉਹਨੂੰ ਕੀ ਕਰਨਾ ਗਿੱਲੇ ਮਾਲ ਇਕੱਠੇ ਹੋ ਗਿਆ ਉਹਨੇ ਉਹਦੇ ਕੰਮ ਨਹੀਂ ਸੀਗਾ ਉਹਦੇ ਮਾਲ ਢੇਰ ਲਾ ਕੇ ਤਿਰਪਾਲ ਲਾ ਕੇ ਢੰਗ ਦਿਆ ਸੀ ਜੀ ਖੁਸ਼ ਹੋ ਗਿਆ ਸਾਰੀ ਧੁੱਪ ਮੇਰੀ ਹੋ ਗਿਆ ਹੁਣ ਆਪਾਂ ਕਮਲ ਦੇ ਮਾਲ ਭਰ ਕੇ ਆਇਆ ਹੁਣ ਟਰਾਲੀ ਆਉਣ ਵਾਲਾ ਸੀਗਾ ਹੁਣ ਭਰਨਾ ਸੀ ਹੋਰ ਆਪਾਂ 133 ਨੰਬਰ ਦੁਕਾਨ 'ਤੇ ਜੀ ਤੇ ਉਹ ਕਹਿੰਦਾ ਕੁੱਟਣ ਲੱਗ ਪਿਆ ਮੇਰੇ ਗਲ ਦੱਬਦੀ ਆ ਜੀ ਗਲਾ ਦੱਬਦੀ ਆ ਫਿਰ ਕਿਆ ਮੈਂ ਜਾਨ ਚੜਾ ਕੇ ਭਾਗਾ ਵਹਾਂ ਸੇ ਤੋ ਉੱਥੇ 133 ਨੰਬਰ ਦੁਕਾਨ 'ਤੇ ਮੇਰੀ ਇੱਛਾ ਪਤਲ ਲੈ ਕੇ ਸ਼ੀਸ਼ਾ ਤੋੜ ਦਿਆ ਜੀ ਨਹੀਂ ਜੀ ਨਹੀਂ ਜੀ ਨਹੀਂ ਜੀ ਚੋਟੇ ਕੈਸੇ ਕੋਈ ਲਗਾ ਦੋ ਤਿੰਨ ਵਾਰੀ ਭਾਗ ਗਏ ਵਹਾਂ ਸੇ ਫਿਰ ਇੱਛਾ ਪਤਾ ਚਲਾ ਲਗਾ ਭਾਗ ਗਈ ਹੈ ਜੀ ਨਹੀਂ ਜੀ ਹਮ ਭਾਗ ਗਈ ਹੈ ਇਤਨਾ ਬੰਦਾ ਹੈ ਪੁੱਛ ਲਓ ਹਮ ਭਾਗੇ ਤਿੰਨੋ ਰਪਿਟ ਕੇ ਹਮਾਰ ਕੋ ਅੰਦਰ ਭਾਗੇ ਤੋ ਉਸੀ ਅੰਦਰ ਮੇਰਾ ਕਿਸੀ ਸੇ ਮਾਸੀ ਸਾਥ ਹੋ ਰਹਾ ਹੈ
ਗੇਟ ਲਗਾ ਲਈ, ਸ਼ੀਸ਼ਾ ਲਗਾ ਲਈ, ਗੇਟ ਲਗਾਏ ਤਾਂ ਸ਼ੀਸ਼ਾ ਤੋੜ ਦਿਆ ਜੀ। ਮੈਂ ਤਾਂ ਇੱਥੋਂ ਬਾਹਰ ਸੀ, ਹੁਣੇ ਆਇਆ, ਮੈਨੂੰ ਤੇ ਮੇਰੇ ਮਨੀਮ ਸਾਹਿਬ ਤੇ ਮੇਰੇ ਲੇਬਰ ਵਾਲੇ ਫੋਨ ਕਰਦੇ ਸੀ ਜੀ, ਇੱਥੇ ਕੋਈ ਹੰਗਾਮਾ ਕਰਦੇ, ਸਾਡੀ ਲੇਬਰ ਨਾ ਕਿਸੇ ਹੋਰ ਦੇ ਵੀ ਕੰਮ ਜਦੋਂ ਘੱਟ ਹੋਵੇ ਫੜ ਲੈਂਦੀ ਹੈ ਜੀ ਕੰਮ, ਤੇ ਉਹਨਾਂ ਕਿਤੇ ਹੋਰ ਆ 62 ਟ੍ਰੇਡਿੰਗ ਵਾਲੇ ਇਹਨਾਂ ਦਾ ਕੰਮ ਫੜਿਆ ਸੀ ਜ਼ਿਮੀਦਾਰ ਦੇ, ਜਿਹੜੇ ਝੱਲ ਤੋਂ ਆ ਮੇਜਰ ਹੋਣੀ ਕੋਈ, ਤੇ ਉਹ ਕਿਤੇ ਝੜ ਝੜੂ ਮਾਰਨ 'ਚ ਲੇਟ ਹੋ ਗਿਆ, ਉਹਨੇ ਗਾਲਾਂ ਗੂਲਾਂ ਕੱਢ ਸਿੱਟੀਆਂ ਇਹਨਾਂ ਨੂੰ, ਤੇ ਇਹ ਬਾਅਦ ਵਿੱਚ ਲੇਬਰ ਵਾਲੇ ਵੀ ਥੋੜ੍ਹਾ ਜਿਹਾ ਔਖੇ ਤੱਤੇ ਹੋਏ ਆ, ਕਿਤੇ ਜੋ ਵੀ ਦੁਕਾਨ 'ਚ ਵੜ ਗਿਆ ਉਹ ਕੁੱਟਦੇ ਹੀ ਜ਼ਿਆਦਾ, ਉਹਨਾਂ ਨੇ ਇਹਨਾਂ ਨੂੰ ਕੁੱਟਣ ਦੇ ਮਾਰਿਆ, ਉਹਨਾਂ ਜਦੋਂ ਅੰਦਰੋਂ ਲੋਕ ਲਾ ਲਿਆ ਜੀ, ਇਹਨਾਂ ਨੇ ਸ਼ੀਸ਼ੇ ਪੰਨੇ ਆ ਅੰਦਰ ਆਣ ਕੇ ਮਾਰ ਮਾਰ ਕੇ, ਆ ਦੇਖੇ ਹੀ ਆ ਤੁਸੀਂ ਇਹ ਦੁਕਾਨ ਦਾ ਹਾਲ ਕੀ ਕੀਤਾ ਆ, ਸਾਰੇ ਸ਼ੀਸ਼ੇ ਭੰਨ ਭੰਨ ਕੇ ਗੁੰਡਾਗਰਦੀ ਫੁੱਲ ਕੀਤੀ ਡਾਂਗਾਂ ਨਾਲ, ਟਿੱਟਾਂ ਨਾਲ ਇਹ ਸਾਰਾ ਸਾਡਾ ਆਫਿਸ ਤੋੜਿਆ, ਇਹ ਬਹੁਤ ਮਾੜੀ ਗੱਲ ਹੈ ਜੀ। ਇਹ ਮਤਲਬ ਜੇ ਕਿਸੇ ਲੇਬਰ ਨਾਲ ਹੋ ਵੀ ਗਿਆ, ਲੇਬਰ ਕੰਮ ਕਦੇ ਘੱਟ ਕਰਦੀ ਕਦੇ ਵੱਧ ਕਰਦੀ, ਪਰ ਇਹ ਕਿਸੇ ਦੀਆਂ ਦੁਕਾਨਾਂ ਤੋੜਨ ਦਾ ਕੀ ਮਤਲਬ ਹੈ, ਇਹ ਬਿਲਕੁਲ ਧੱਕੇਸ਼ਾਹੀ ਹੈ, ਇਹਦਾ ਇਨਸਾਫ ਮਿਲਣਾ ਚਾਹੀਦਾ। ਦੁਕਾਨ ਦਾ ਨਾਮ ਕੀ, ਕਿੰਨਾ ਦੁਕਾਨ ਹੈ? ਸੰਜਮ ਟ੍ਰੇਡਿੰਗ ਕੰਪਨੀ ਹੈ ਜੀ, 133 ਨੰਬਰ ਦੁਕਾਨ ਹੈ। ਕਿੰਨੇ ਕੁ ਵਜੇ ਦੀ ਘਟਨਾ ਹੈ? ਆ ਮੈਨੂੰ ਲੱਗਦਾ ਜੀ ਅੱਧਾ ਘੰਟਾ ਹੋਇਆ ਹੋਊ, ਮੈਂ ਆਪਣੇ ਹੋਰ ਦਫ਼ਤਰ ਗਿਆ ਸੀ ਏਜੰਸੀ ਵਾਲੇ, ਤੇ ਮੈਨੂੰ ਇਹ ਪਿੱਛੇ ਫੋਨ ਕਰਦੇ, ਮੈਨੂੰ ਬਾਹਰੋਂ ਕਿਤੇ ਫੋਨ ਆਇਆ, ਤੇ ਇਹਦਾ ਤਾਂ ਮੇਰੇ ਕੋਲ ਚੱਕ ਨਹੀਂ ਹੋਇਆ, ਤੇ ਲੇਬਰ ਹੋਰ ਕਿਸੇ ਦਾ ਚੱਕਿਆ ਤੇ ਮੈਂ ਭੱਜਿਆ ਉੱਥੋਂ, ਜਦੋਂ ਉਹਨੇ ਦੱਸਿਆ ਵੀ ਇੱਦਾਂ ਲੜਾਈ ਹੋ ਗਈ ਆ, ਤੇ ਉਹ ਮਾਰਨ ਨੂੰ ਫਿਰਦੇ ਸਾਡੇ ਬੰਦਿਆਂ ਨੂੰ, ਤੇ ਦਫ਼ਤਰ ਤੇ ਵੀ ਮਤਲਬ ਹਮਲਾ ਕੀਤਾ ਉਹਨਾਂ ਨੇ, ਮੈਂ ਉੱਥੋਂ ਭੱਜਿਆ ਤੇ ਆਉਂਦਿਆਂ ਨੂੰ ਆ ਸਾਰੀ ਘਟਨਾ ਹੋਈ ਹੋਈ ਹੈ। ਹੁਣ ਪੁਲਿਸ ਨੂੰ ਸੂਚਿਤ ਕਰਤਾ ਤੁਸੀਂ? ਹਾਂ ਮੈਂ ਕਰ ਰਿਹਾ ਜੀ, ਬਲਕਾਰ ਮੁਨਸ਼ੀ ਨੂੰ ਫੋਨ ਕੀਤਾ, ਉਹ ਇੱਥੋਂ ਬਦਲ ਹੋ ਗਿਆ ਸੀ, ਤਾਂ ਮੈਂ ਹੁਣ ਹੋਰ ਇੱਕ ਨੰਬਰ 'ਤੇ ਆ ਉੱਥੇ ਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੰਗ ਕੀ ਕਰਨਾ ਚਾਹੁੰਦੇ ਹੋ? ਮੰਗਿਆ ਜੀ, ਇਹ ਗੁੰਡਾਗਰਦੀ ਆ ਸ਼ਰੇਆਮ, ਬਿਲਕੁਲ ਗੁੰਡਾਗਰਦੀ ਆ, ਆ ਲੇਬਰ ਆ ਇੰਨਾ ਤਬਕਾ ਬੈਠਾ ਵਿਚਾਰਾ, ਕਿ ਇਹਨਾਂ ਨੂੰ ਪਿਆਰ ਨਾਲ ਜਾਂ ਕਿਤੇ ਮਾੜਾ ਮੋਟਾ ਦੱਬ ਇਹਨਾਂ ਦਾ ਕੰਮ ਕਰਾ ਲਓਗੇ, ਤੇ ਜੇ ਇਹਨਾਂ ਨੂੰ ਕੁੱਟਣ ਬਹਿ ਜਾਓਗੇ ਤਾਂ ਪਿੱਛੇ ਜਾ ਕੇ ਹੋਰ ਆੜਤੀਆਂ ਦੇ ਦਫ਼ਤਰ ਤੋੜੋਗੇ, ਤੇ ਇਹ ਕੋਈ ਸ਼ਰਾਫਤ ਵਾਲਾ ਕੰਮ ਆ ਜੀ, ਇਹ ਤਾਂ ਗੁੰਡਾਗਰਦੀ ਹੋ ਗਈ। ਕਿੰਨੇ ਕੁ ਲੋਕ ਸੀਗੇ ਇਹ? ਮੈਂ ਤਾਂ ਇੱਥੇ ਨਹੀਂ ਸੀ, ਕਿੰਨੇ ਸੀ? 5 ਜਣੇ। ਇਹ ਸਾਡੇ ਮਨੀਮ ਸਾਹਿਬ ਦਫ਼ਤਰ ਦੇ ਅੰਦਰ ਸੀਗੇ ਤੁਸੀਂ? ਹਾਂ, 5 ਜਣੇ ਸੀ ਜਿਨ੍ਹਾਂ ਨੇ ਮੁੰਡਿਆਂ ਨੇ ਇਹ ਆਣ ਕੇ ਸ਼ੀਸ਼ੇ ਭੰਨੇ ਆ ਜੀ ਸਾਰੇ, ਇਹ ਹੈ ਝੱਲ ਨੂੰ ਬਿਲੋਂਗ ਕਰਦੇ ਲਈ ਝੱਲ ਨੂੰ ਸਾਰੇ। ਮੇਜਰ ਸਿੰਘ ਨਾਂ ਸੀ ਉਹਦਾ।